रेडी तू मैं जाने कट ला उधर होता मंजे से चढ़ जा कैमरा बंद हो गया जय शंकर जय नाग देवता जिदा का 26 तारीख नौवां महीना 2021 ਭਾਜੀ ਉਹਨਾਂ ਨੇ ਇੱਕ ਸੱਪ ਦੇਖਿਆ ਸੀ ਇੱਧਰ ਤੇ ਮੈਂ ਹੁਣ ਇਹ ਸੱਪ ਜਿਹੜਾ ਰੈਸਕਿਊ ਕਰ ਰਿਹਾ ਵਾਂ ਅੱਛਾ ਜੀ ਤੇ ਮੈਨੂੰ ਨਹੀਂ ਪਤਾ ਸੱਪ ਕਿਹੜਾ ਵਾ ਪਰ ਫਿਰ ਵੀ ਆਪਣੀ ਜਿਹੜੀ ਹੱਥਾਂ ਦੀ ਪ੍ਰੋਟੈਕਸ਼ਨ ਆ ਉਹ ਜ਼ਰੂਰੀ ਹੁੰਦੀ ਆ ਕਿਉਂਕਿ ਅਸੀਂ ਉਹ ਚੀਜ਼ਾਂ ਦੇ ਉੱਤੇ ਹੱਥ ਲਗਾਣਾ ਵਾ ਉਹਦੀ ਪੂਰੀ ਤੇ ਚੜ ਜੇ ਦੇਖਦੇ ਆ ਕਿਹੜਾ ਸੱਪ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਜੇ ਇਸ ਟਾਈਮ ਕੋਬਰਾ ਸੱਪ ਠੀਕ ਆ ਜੀ ਕੋਬਰਾ ਸੱਪ ਬੇਹੱਦ ਖੂਬਸੂਰਤ ਡਰਨਾ ਨਹੀਂ ਤੁਸੀਂ ਕੈਮਰਾਮੈਨ ਜੇ ਕੋਬਰਾ ਸੱਪ ਬੇਹੱਦ ਪਸੰਦੀਦਾ ਬੇਹੱਦ ਖੂਬਸੂਰਤ ਤੇ ਬੇਹੱਦ ਜ਼ਹਿਰੀਲਾ ਜਿੰਨਾ ਜਿੰਨਾ ਸੱਪ ਖੂਬਸੂਰਤ ਕੈਮਰਾਮੈਨ ਗਲੀ ਚ ਜਿੰਨਾ ਸੱਪ ਖੂਬਸੂਰਤ ਉਹਨਾਂ ਪਸੰਦੀਦਾ ਉਹਨਾਂ ਸੋਹਣਾ ਥੱਲੇ ਉਤਰ ਜਾਦੋ ਪੌੜੀ ਚੱਲ ਇਹ ਹੱਥ ਚੋਂ ਨਹੀਂ ਕਿਤੇ ਜਾਂਦਾ ਇਹ ਸੱਪ ਜੇ ਕਿਸੇ ਨੂੰ ਕੱਟੇ ਤੇ ਗਲਤੀ ਦੇ ਨਾਲ ਹਕੀਮ ਵੈਦ ਜੋਗੀ ਦੇ ਚੱਕਰ ਚ ਨਹੀਂ ਪੈਣਾ ਇਹ ਸੱਪ ਦੇ ਵਿੱਚ ਨੀਰੋਟੌਕਸੀ ਜ਼ਹਿਰ ਵਾ ਇਸ ਚੀਜ਼ ਦਾ ਹੱਲ ਸਿਰਫ ਇੱਕ ਐਂਟੀਵਾਇਰ ਹੀ ਆ ਜੇ ਕੋਈ ਦੇਸੀ ਦਵਾਈ ਲਗਾ ਕੇ ਤਾਵਾ ਕਰਦਾ ਵਾ ਸੱਪ ਕੱਟੇ ਦਾ ਇਲਾਜ ਹੋ ਜਾਊਗਾ ਤੇ ਬਿਲਕੁਲ ਨਹੀਂ ਹੋਣਾ ਕਿਉਂਕਿ ਅਸੀਂ ਡੇਲੀ ਸੱਪ ਫੜਦੇ ਆ ਸਾਨੂੰ ਇਹ ਚੀਜ਼ਾਂ ਦਾ ਪਤਾ ਵਾ ਵੀ ਇਹਦੇ ਚ ਕਿਹੜਾ ਜ਼ਹਿਰ ਵਾ ਕੀ ਇਹਦੀ ਕਲੈਰਿਟੀ ਹੈ ਜਿਸ ਤਰ੍ਹਾਂ ਕਿ ਮੈਨੂੰ ਹੁਣ ਕੱਟ ਰਿਹਾ ਵਾ ਮੈਨੂੰ ਇਹ ਪਤਾ ਵਾ ਕਿ ਮੇਰੇ ਗਲਬਸਾਂ ਦੇ ਉੱਪਰ ਕਿੱਥੋਂ ਤੱਕ ਇਹਦੀ ਫਨ ਵਾ ਤੇ ਕਿੱਥੋਂ ਤੱਕ ਇਹਦੀ ਦੰਦੀ ਆ ਤੇ ਕਿੰਨੀ ਕੁ ਮੈਂ ਇਸ ਚੀਜ਼ ਨੂੰ ਜਿਹੜੀ ਆ ਉਹ ਸਾਈਡ ਦੇਣੀ ਆ ਤੇ ਕਾਫੀ ਤਕੜਾ ਸੱਪ ਵਾ ਹੱਥ ਬੰਨ ਕੇ ਬੇਨਤੀ ਆ ਕਿ ਵੀਡੀਓ ਲਾਈਕ ਸ਼ੇਅਰ ਸੈਂਡ ਕਰਿਓ ਤੈਨੂੰ ਨਹੀਂ ਮੇਰੇ ਹੱਥ ਚੁੱਕ ਕੇ ਖਾਂਦਾ ਤੂੰ ਨਾ ਟੈਨਸ਼ਨ ਲਈ ਅੱਗੇ ਮੈਨੂੰ ਕੈਮਰਾਮੈਨ ਨਹੀਂ ਚੰਗੇ ਮਿਲਦੇ ਤੁਸੀਂ ਕਹਿੰਦੇ ਚੰਗਾ ਨਿੱਕਾ ਜਿਹਾ ਵਾ ਨਿੱਕਾ ਵਾ ਇਸ ਆਫਿਸ ਟਾਈਮ ਮੈਂ ਫੜਿਆ ਸੀ ਇਹ ਮੇਰਾ ਇੱਕ ਯੂਟਿਊਬ ਦਾ ਚੈਨਲ ਆ ਸਪੇਸ ਬਿਲਕੁਲ ਨਹੀਂ ਦੇਣੀ ਕਿਸੇ ਨੂੰ ਤਰਨ ਤਾਰਨ ਭਿੱਖੀ ਪਿੰਡ ਝਬਾਲ ਰਾਤ 2 ਵਜੇ ਵੀ ਜ਼ਰੂਰਤ ਪੈਂਦੀ ਆ ਮੈਨੂੰ ਆਹ ਮੇਰਾ ਥੱਲੇ ਨੰਬਰ ਵਾ ਮੈਨੂੰ ਰਿੰਗ ਮਾਰੀ ਜਾਏ ਮੈਂ ਉਸ ਚੀਜ਼ ਆਣ ਕੇ ਹੱਲ ਜ਼ਰੂਰ ਕਰਾਂਗਾ ਡੇਲੀ ਅਸੀਂ ਸੱਪ ਵਗੈਰਾ ਹੀ ਫੜਦੇ ਹਾਂ ਕਾਫੀ ਜ਼ਿਆਦਾ ਸਨੇਕ ਅਸੀਂ ਰੈਸਕਿਊ ਕਰਦੇ ਹਾਂ ਅਤੇ ਕਾਫੀ ਨੌਲੇਜ ਇਹ ਚੀਜ਼ਾਂ ਦੀ ਅਸੀਂ ਰੱਖਦੇ ਹਾਂ ਜੇ ਕੋਈ ਜੋਗੀ ਹਕੀਮ ਬੈਠ ਕੇ ਤਾਂ ਆਹ ਸੱਪ ਕੱਟ ਗਿਆ ਵਾ ਮੈਂ ਉਸ ਚੀਜ਼ ਦਾ ਇਲਾਜ ਕਰਦਾਂਗਾ ਉਹ ਇਲਾਜ ਉਸ ਚੀਜ਼ ਦਾ ਉਹਦੇ ਕੋਲ ਨਹੀਂ ਹੋਣਾ ਕਿਉਂਕਿ ਇਹਦੇ ਵਿੱਚ ਇੱਕ ਨੀਰੋਟੌਕਸੀ ਜ਼ਹਿਰ ਵਾ ਇਸ ਚੀਜ਼ ਦਾ ਹੱਲ ਸਿਰਫ ਇਹ ਐਂਟੀਵਾਇਰ ਹੀ ਆ ਭਾਵੇਂ ਤੁਸੀਂ ਉਹ ਜਿਹੜੇ ਐਂਟੀਵਾਇਰ ਆ ਸਰਕਾਰੀ ਹੋਸਪਿਟਲੋਂ ਜ਼ਿਲ੍ਹੇ ਦੇ ਲਵਾਉਣੇ ਆ ਜ਼ਿਲ੍ਹੇ ਦੇ ਸਰਕਾਰੀ ਹੋਸਪਿਟਲ 'ਚ ਸੱਪ ਕੱਟੇ ਦਾ ਟ੍ਰੀਟਮੈਂਟ ਪੂਰਾ ਹੁੰਦਾ ਵਾ ਜਿਸ ਤਰ੍ਹਾਂ ਮੈਨੂੰ ਇੱਥੋਂ ਪੱਟੀ ਵੱਜਦੀ ਆ ਮੇਰੇ ਪੱਟੀ ਕੋਈ ਸੱਪ ਲੜੇ ਵਾਲਾ ਟ੍ਰੀਟਮੈਂਟ ਨਹੀਂ ਹੋਣਾ ਇਸ ਚੀਜ਼ ਦਾ ਟ੍ਰੀਟਮੈਂਟ ਜ਼ਿਲ੍ਹੇ ਦੇ ਸਰਕਾਰੀ ਹੋਸਪਿਟਲ ਹੋਣਾ ਜੇ ਕਿਸੇ ਨੂੰ ਮੇਰੇ ਏਰੀਏ 'ਚ ਸੱਪ ਕੱਟਦਾ ਵਾ ਤੇ ਹੱਥ ਬੰਨ ਕੇ ਬੇਨਤੀ ਆ ਉਹ ਤਰਨ ਤਾਰਨ ਜ਼ਿਲ੍ਹੇ ਦੇ ਸਰਕਾਰੀ ਹੋਸਪਿਟਲ ਜਾਣ ਤੇ ਕਾਫੀ ਜ਼ਹਿਰੀਲਾ ਸੱਪ ਇਹ ਚੀਜ਼ ਦਾ ਹੱਲ ਸਿਰਫ ਇਹ ਐਂਟੀਵਾਇਰ ਆ ਬੇਸ਼ੱਕ ਜਿਹੜੇ ਐਂਟੀਵਾਇਰ ਆ ਤੁਸੀਂ ਸਰਕਾਰੀ ਲਵਾ ਲਓ ਪ੍ਰਾਈਵੇਟ ਲਵਾ ਲਓ ਜੇ ਸਰਕਾਰੀ ਲਵਾਉਂਦੇ ਜੇ ਤੇ ਫਿਰ ਬਿਲਕੁਲ ਹੀ ਉਹ ਜਿਹੜੇ ਫ੍ਰੀ ਲੱਗਣਗੇ ਜ਼ਿਲ੍ਹੇ ਦੇ ਸਰਕਾਰੀ ਤੇ ਜੇ ਤੁਸੀਂ ਪ੍ਰਾਈਵੇਟ ਟ੍ਰੀਟਮੈਂਟ ਕਰਾਉਂਦੇ ਜੇ ਫਿਰ 50,000 ਤੋਂ ਲੱਗ ਕੇ 1,00,000 ਰੁਪਏ ਤੱਕ ਇਸ ਚੀਜ਼ਾਂ ਦਾ ਖਰਚਾ ਵਾ ਤੇ ਹੱਥ ਬੰਨ ਕੇ ਬੇਨਤੀ ਆ ਕਿ ਸੱਪਾਂ ਦੀ ਸਹੀ ਜਾਣਕਾਰੀ ਰੱਖਿਆ ਕਰੋ ਇਹ ਮੇਰਾ ਇੱਕ ਯੂਟਿਊਬ ਦਾ ਚੈਨਲ ਆ ਇਹ ਮੇਰਾ ਨੰਬਰ ਵਾ ਤੇ ਹੱਥ ਬੰਨ ਕੇ ਬੇਨਤੀ ਆ ਕਿ ਵੀਡੀਓ ਲਾਈਕ ਸ਼ੇਅਰ ਤੇ ਸੈਂਡ ਕਰਿਓ ਵੱਧ ਤੋਂ ਵੱਧ ਮੇਰਾ ਚੈਨਲ ਖੋਲ ਕੇ ਦੇਖਿਓ ਕਿਉਂਕਿ ਮੈਂ ਕਾਫੀ ਜ਼ਿਆਦਾ ਸਨੇਕ ਵਗੈਰਾ ਜਿਹੜੇ ਆ ਉਹ ਫੜਦਾ ਰਹਿੰਦਾ ਵਾ ਜਿੱਦਾਂ ਕਿ ਤੁਸੀਂ ਦੇਖਿਆ ਵੀ ਕਾਫੀ ਗੁੱਸੇ ਖੋਰਾ ਸੱਪ ਬਹੁਤ ਵਧੀਆ ਤੇ ਬੜਾ ਹੀ ਜ਼ਹਿਰੀਲਾ ਸੱਪ ਇਹ ਲਗਭਗ ਛੋਟੇ ਛੋਟੇ ਬੱਚੇ ਸੀ ਤੇ ਬਾਜ਼ਾਰ ਦੇ ਵਿੱਚ ਇਹ ਸੱਪ ਇਸ ਟਾਈਮ ਕਿਸੇ ਦੇ ਘਰ ਆਇਆ ਸੀ ਸਾਡਾ ਕੋਈ ਮਕਸਦ ਕਿਸੇ ਜਾਨਵਰ ਨੂੰ ਤੰਗ ਕਰਨਾ ਨਹੀਂ ਆ ਜੇ ਤੁਸੀਂ ਕਹੋ ਵੀ ਅਸੀਂ ਕਿਸੇ ਜਾਨਵਰ ਨੂੰ ਤੰਗ ਕਰਦੇ ਹਾਂ ਸਾਡਾ ਕੋਈ ਮਕਸਦ ਇਹਨਾਂ ਨੂੰ ਤੰਗ ਕਰਨਾ ਇਹਨਾਂ ਦਾ ਜ਼ਹਿਰ ਕੱਢਣਾ ਜਾਂ ਇਹਨਾਂ ਨੂੰ ਕੋਈ ਪਰੇਸ਼ਾਨੀ ਕਰਨਾ ਨਹੀਂ ਹੈਗਾ ਸਾਡਾ ਸਿਰਫ ਮਕਸਦ ਵਾ ਜਿਸ ਸੇਫਟੀ ਦੇ ਨਾਲ ਅਸੀਂ ਇਹ ਸੱਪ ਫੜਿਆ ਉਸੇ ਸੇਫਟੀ ਦੇ ਨਾਲ ਹੀ ਅਸੀਂ ਖਾਲੀ ਥਾਂ ਵੇਖ ਕੇ ਸੱਪ ਛੱਡ ਦੇਣਾ ਵਾ ਭਾਜੀ ਕੋਈ ਜ਼ਹਿਰ ਵਗੈਰਾ ਕੱਢਿਆ ਹਾਂਜੀ ਕੋਈ ਦੰਦ ਵਗੈਰਾ ਤੋੜੇ ਆ
ਰੱਬ ਛਡਾਉਣ ਵੀ ਤੁਸੀਂ ਨਾਲ ਹੀ ਜਾਣਾ ਜੇ ਇੱਧਰ ਨੂੰ ਮਾਰੀ ਇਸ ਟਾਈਮ ਮੈਂ ਕਾਫੀ ਜ਼ਿਆਦਾ ਲੋਕ ਬਾਹਰ ਘਰਾਂ ਦੇ ਵਿੱਚ ਆ ਦੇਖੋ ਜਿਸ ਤਰ੍ਹਾਂ ਕਿ ਬਾਜ਼ਾਰ ਦੇ ਵਿੱਚ ਸੱਪ ਨਿਕਲਿਆ ਸੀ ਤੇ ਹੱਥ ਬੰਨ ਕੇ ਬੇਨਤੀ ਆ ਥੋੜੀ ਜਿਹੀ ਆਪਣੇ ਘਰਾਂ ਚ ਸਫਾਈ ਰੱਖਿਆ ਕਰੋ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿਹੜੀ ਚੀਜ਼ ਜ਼ਹਿਰੀਲੀ ਆ ਤੇ ਕਿਹੜੀ ਨਹੀਂ ਜ਼ਹਿਰੀਲੀ ਇਹ ਸੱਪ ਕਿਸੇ ਨੂੰ ਕੱਟਦੇ ਤੇ ਕੋਈ ਹਕੀਮ ਕੋਈ ਵੈਦ ਜੋਗੀ ਇਲਾਜ ਨਹੀਂ ਕਰ ਸਕਦਾ ਇਸ ਚੀਜ਼ ਦਾ ਇਹ ਮੇਰਾ ਨੰਬਰ ਆ ਇਹ ਮੇਰਾ ਯੂਟਿਊਬ ਚੈਨਲ ਆ ਸਪੇਸ ਬਿਲਕੁਲ ਨਹੀਂ ਦੇਣਾ थोड़ी फेर के खलो जाते जिथे मर्जी ना डरना डूबना थोड़ी डरन वाला नहीं फनकारे नहीं मारता था बाल्टी बाल्टी वाटी दे दो सौ पचास रुपये की बाल्टी के मगर लगते जे अगले दिन नहीं वेखते भी अगले दिन जाने की ਜਿੱਦਾਂ ਕਿ ਸੱਪ ਮੈਂ ਇਸ ਟਾਈਮ ਡੱਬੇ ਚ ਪਾਤਾ ਵਾ ਮੈਂ ਕੋਈ ਇਹ ਸੱਪ ਦਾ ਜ਼ਹਿਰ ਨਹੀਂ ਕੱਢਣਾ ਕੋਈ ਦੰਦ ਨਹੀਂ ਤੋੜਨੇ ਖਾਲੀ ਥਾਂ ਵੇਖ ਕੇ ਤੇ ਮੈਂ 10-20 ਮਿੰਟ ਦੇ ਵਿੱਚ ਇਹ ਸੱਪ ਛੱਡ ਦੇਣਾ ਵਾ ਇਹ ਮੇਰਾ ਇੱਕ ਯੂਟਿਊਬ ਦਾ ਚੈਨਲ ਆ ਸਪੇਸ ਬਿਲਕੁਲ ਨਹੀਂ ਦੇਣੀ ਮੈਂ ਜ਼ਿਲ੍ਹਾ ਤਰਨਤਾਰਨ ਸ਼ਹਿਰ ਪੱਟੀ ਦਾ ਰਹਿਣ ਵਾਲਾ ਵਾਂ ਇਹ ਮੇਰਾ ਨੰਬਰ ਵਾ ਕਿਸੇ ਨੂੰ ਭਿੱਖੀ ਪਿੰਡ ਤਰਨ ਤਾਰਨ ਝਬਾਲ ਕਿਤੇ ਵੀ ਜ਼ਰੂਰਤ ਪੈਂਦੀ ਆ ਰਾਤ 2 ਵਜੇ ਜਦੋਂ ਮਰਜ਼ੀ ਮੈਨੂੰ ਰਿੰਗ ਮਾਰੀ ਜਾਏ ਅਤੇ ਜਦੋਂ ਮਰਜ਼ੀ ਮੈਨੂੰ ਯਾਦ ਕੀਤਾ ਜਾਏ ਜੈ ਸ਼ੰਕਰ ਜੈ ਨਾਗਦੀਪ